ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿ ਸ਼੍ਰੀ ਅਕਾਲ ਜੀ, ਭੂਆ ਕਿੱਧਰ ਦੇਖੀ ਜਾਂਦੀ ਹੈ? ਹਾਂ ਆ ਗਿਆ ਮੈਂ। ਸੋ ਸਵਾਗਤ ਹੈ ਜੀ ਪ੍ਰੋਗਰਾਮ ਕੰਟੀਨੀ ਮੰਡੀਰ ਦੇ ਵਿੱਚ, ਤੁਹਾਡੇ ਆਪਣੇ ਫੇਵਰੇਟ ਚੈਨਲ MH1 ਦੇ ਉੱਤੇ। ਅਤੇ ਅੱਜ ਪੂਰੀਆਂ ਕਮਾਲਾਂ ਹੋਣਗੀਆਂ ਜੀ, ਧਮਾਲਾਂ ਵੀ ਪੈਣਗੀਆਂ, ਕਿਉਂਕਿ ਅੱਜ ਅਸੀਂ ਆ ਪਹੁੰਚੇ ਜੀ ਸ਼ਹਿਰ ਫਗਵਾੜ ਦੇ ਵਿੱਚ, ਅਤੇ ਕਾਲਜ ਦਾ ਨਾਮ ਹੈਗਾ ਜੀ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ। ਸੋ ਬਈ ਕਿੱਦਾਂ ਫਗਵਾੜੇ ਵਾਲਿਓ, ਫਗਵਾੜੇ ਵਾਲੀਆਂ ਕਿੱਦਾਂ? ਐ ਬੁਰੀ ਬੁਰੀ। ਤੁਸੀਂ ਆਓ ਜੀ ਮੂਹਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਬਸ ਵਧੀਆ। ਬਹੁਤ ਸੋਹਣਾ ਕੀਤਾ ਜੀ ਆ ਚਮੇਲਾ ਜਿਹਾ ਪਫ। ਥੈਂਕ ਯੂ। ਇਹ 'ਚ ਮੱਛਰ ਮੁੱਛਰ ਖਾਸ ਨਹੀਂ ਫਸ ਜਾਂਦੇ ਜੀ? ਨਹੀਂ ਨਹੀਂ। ਮੱਖੀ ਕੁਛ ਨਹੀਂ ਫਸਦਾ? ਕੋਈ ਨਹੀਂ ਫਸਦਾ ਜੀ, ਨਾ ਫਸ ਨਾਲ ਤਾਂ ਫਸ ਜਾਂਦੇ ਜੀ ਵਿਚਾਰੇ। ਹੋਰ ਸੁਣਾਓ ਜੀ। ਬਸ ਵਧੀਆ। ਬਹੁਤ ਸੋਹਣਾ ਜੱਚਦਾ ਜੀ ਤੁਹਾਡੀ ਉੱਤੇ ਤਿਲ, ਅਤੇ ਸੋਹਣੇ ਲੱਗ ਰਹੇ ਹੋ, ਕਾਂਟੇ ਕੁੰਟੇ ਵੀ ਟਾਪਸ ਜੇ ਵੀ ਨਾਲ ਦੇ ਪਵਾਏ ਹੋਏ ਆ। ਆਹੀ ਸ਼ਕੀਨੀ ਹੁੰਦੀਆਂ ਨੇ ਕਾਲਜ, ਹੈ ਨਾ, ਕਿਉਂ ਐਡਮਿਸ਼ਨ ਲਈ ਆਪਾਂ? ਇਸੇ ਕਰਕੇ ਲਈ ਹੈ ਜੀ, ਪੜ੍ਹਾਈ ਦੇ ਨਾਲ ਵੀ ਜ਼ਰੂਰੀ। ਹਾਂ, ਇਹ ਤਾਂ ਬਹੁਤ ਜ਼ਰੂਰੀ ਹੈ ਜੀ, ਪੜ੍ਹਾਈ ਹੋਵੇ ਨਾ ਹੋਵੇ। ਪੜ੍ਹਾਈ ਦਾ ਕੀ ਹੈ ਜੀ, 5-7 ਸਾਲਾਂ ਨੂੰ ਕਰ ਲਾਂਗੇ ਜੇ ਉਮਰ ਹੀ ਲੰਘ ਗਈ ਫਿਰ। ਕਿਉਂ ਜੀ, ਸੂਟ ਸਾਟ ਤਾਂ ਹੁਣੀ ਫੱਬਣੇ ਆ। ਆਹ ਲੈਂਸ ਪਾਇਆ ਕਿ ਜੀ ਕਿੱਦਾਂ? ਹਾਂ ਲੈਂਸ ਪਾਇਆ, ਦੇਖੋ ਹੈ ਨਾ, ਕੁਦਰਤੀ ਬਿਊਟੀ ਹੈ ਨਹੀਂ ਤੁਹਾਡੀ, ਨੈਚੁਰਲ ਬਿਊਟੀ ਵਾਲੇ ਆਹ ਆਹ ਨੈਚੁਰਲ ਬਿਊਟੀ ਵਾਲੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਵਧੀਆ, ਤੁਸੀਂ ਸੁਣਾਓ ਜੀ? ਬਸ ਵਧੀਆ। ਚੜ੍ਹਦੀ ਕਲਾ ਜੀ? ਹਾਂਜੀ ਹਾਂਜੀ। ਠੀਕ, ਕਿੱਥੋਂ ਬਿਲੋਂ? ਫਗਵਾੜੇ ਤੋਂ। ਖੁਰਕ ਪੈ ਵੀ ਗਈ? ਨਹੀਂ ਨਹੀਂ, ਉੱਤੇ ਹੀ ਮੀਂਹ ਜਾ ਪੈਂਦਾ ਪਿਆ ਨਾ, ਸੱਚਾ ਸਾਫ ਕਰ ਲਵਾਂ। ਅੱਛਾ, ਸਾਫ ਕਰੋ ਖੁਰਕੋ ਨਾ। ਅੱਛਾ ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ। ਤੇ ਕਿਹੜਾ ਇਅਰ ਹੈ ਤੁਹਾਡਾ? ਮੇਰਾ ਸੈਕਿੰਡ ਇਅਰ MBA। ਤੁਸੀਂ ਵੀ MBA ਵਾਲੇ ਹੋ ਗਏ, ਫਾਈਨਲ ਇਅਰ ਹੋ ਗਿਆ ਤੁਹਾਡਾ। ਹਾਂਜੀ। ਗ੍ਰੈਜੂਏਸ਼ਨ ਟੱਪ ਗਏ ਤੁਸੀਂ? ਓਬਵੀਅਸਲੀ, ਤਾਂ ਹੀ ਫਿਰ MBA ਚ ਆਏ ਆ। ਹਾਂਜੀ ਹਾਂਜੀ ਹਾਂਜੀ। ਲੱਗਦੇ ਨਹੀਂ ਨਾ ਵੀ ਤੁਸੀਂ ਪੜ੍ਹ ਪੜ ਗਏ। ਅੱਛਾ, ਕਿਉਂ, ਕੀ ਹੋ ਗਿਆ? ਨਹੀਂ ਵੈਸੇ ਜਿੱਦਾਂ ਖੁਰਕ ਫਰਕ ਯੇ ਵੋ ਲਾਈ ਤਾਂ ਚੱਲਦਾ ਰਹਿੰਦਾ, ਸਾਈਡ ਬਾਈ ਸਾਈਡ ਇਹ ਬਿਜ਼ਨਸ ਚੱਲਦਾ ਰਹਿੰਦਾ। ਅੱਛਾ, ਸਾਈਡ ਬਾਈ ਸਾਈਡ। ਹਾਂ, ਸਾਈਡ ਬਾਈ ਸਾਈਡ ਤੁਹਾਡਾ ਬਹੁਤ ਕੁਝ ਚੱਲਦਾ ਸਾਈਡ ਬਾਈ ਸਾਈਡ। ਕਸਾਬ ਜਿਹਾ ਲਾਇਆ ਤੁਹਾਡਾ, ਬੁੱਲੇ ਵੱਡੀ ਤੇ ਆਇਆ ਨੇ ਬੁੱਲੇ। ਕਿਵੇਂ ਵੱਢਦੇ ਜੀ ਬੁੱਲੇ? ਬੁੱਲੇ ਵੱਢ ਕੇ ਦਿਖਾਓ ਅੱਜ। ਇਦਾਂ ਇਦਾਂ ਓਏ ਓਏ, ਗਾਟੇ ਲਾ ਦਿੱਤੇ ਹੈ। ਹਾਂ ਹਾਂ, ਸਿੱਧੇ ਹੀ। ਗੀਤ ਸੁਣਾਓ ਜੀ ਫਿਰ। ਹੋਲਾ ਕੇ ਮੈਨੂੰ ਲਾਰਾ ਕਾ ਤੋਂ ਮਿਲਣੇ ਨਹੀਂ ਆਇਆ, ਤੁੱਲਾ ਕੇ ਮੈਨੂੰ ਲਾਰਾ ਕਾ ਤੋਂ ਮਿਲਣੇ ਨਹੀਂ ਆਇਆ, ਸਹਿਰਾ ਕਰਦਾ ਫਿਰ ਤੂੰ ਹੋਰਾਂ ਨਾਲ ਵੇ ਬਾਂਦਰਾ, ਬਾਂਦਰ ਨੂੰ ਆਪ ਪ੍ਰਪੋਜ਼ ਮਾਰਿਆ ਕਿ ਬਾਂਦਰ ਨੇ ਤੁਹਾਨੂੰ ਮਾਰਿਆ ਜੀ? ਬਾਂਦਰ ਨਹੀਂ ਸੀ ਵੈਸੇ, ਆਪ ਹੀ ਆ ਗਈ, ਕਹਿੰਦੀ ਮੈਂ ਹੈ ਤਾਂ ਸਾਰਿਆਂ ਤੋਂ ਅਲੱਗ ਆ, ਫਿਰ ਤਾਂ ਹੀ ਬਾਂਦਰ ਨਾਲ ਵਿਆਹ। ਬਹੁਤ ਅੱਛੇ, ਫੇਰੇ ਕਿੱਦਾਂ ਲਾਉਂਗੇ? ਪੂਛ ਭਾਲ ਲਈ ਬਾਂਦਰ ਦੀ ਹੈ। ਕਿੱਥੋਂ ਬਿਲੋਂਗ ਕਰਦੇ ਹੋ? ਹੁਸ਼ਿਆਰਪੁਰ ਤੋਂ। ਹੁਸ਼ਿਆਰ ਪੰਜਾਬ ਦਾ ਨੂੰ? ਹਾਂਜੀ। ਲੱਗਦਾ ਉੱਧਰ ਦਾ ਹਿਮਾਚਲੀ? ਨਹੀਂ ਨਹੀਂ, ਪੰਜਾਬ ਦਾ ਹੀ ਹੈ। ਡੈਡੀ ਨੇ ਪੂਰਾ ਰੂਹ ਨਾਲ ਪਾਲਿਆ ਮੁੰਡਾ ਹੈ। ਬੱਲੇ ਬੱਲੇ ਬੱਲੇ, ਬਹੁਤ ਅੱਛਾ ਬਹੁਤ ਅੱਛਾ। ਕਿਹੜਾ ਯਾਰ ਇੱਥੇ? ਫਸਟ ਫਸਟ ਈਅਰ ਗ੍ਰੈਜੂਏਸ਼ਨ। ਗੀਤ ਆਉਂਦਾ? ਗੀਤ ਵੀਰੇ ਸਾਡੇ ਦੋਸਤ ਗਾਉਂਦੇ ਆ। ਸਾਡੋ ਕਿਹੜਾ ਦੋਸਤ ਤੁਹਾਡਾ? ਦੇਸ਼, ਆ ਜਾ, ਆਓ ਆਓ ਆਓ, ਤੁਸੀਂ ਤੁਸੀਂ ਜਾਓ ਹੁਣ। ਕੀ ਨਾਂ ਹੈ ਤੁਹਾਡਾ? ਹਰੀਸ਼ ਜੀ। ਸ਼ੌਂਕ ਕੀ ਹੈ ਬਾਈ? ਸ਼ੌਂਕ ਭਾਈ, ਰੈਪ ਕਰੀ ਦੀ ਮਾੜੀ ਮੋਟੀ। ਰੈਪ ਕਰੀ ਦੀ ਮਾੜੀ ਮੋਟੀ, ਕਰੋ ਜੀ ਰੈਪ। ਜਿੱਦਾਂ ਭੈਣ ਮੇਰੀ ਨੇ ਬਹੁਤ ਵਧੀਆ ਗਾਇਆ ਮੁੰਡਿਆਂ ਦੇ। ਇਹ ਬਾਂਦਰ ਕਹਿ ਗਿਆ ਯਾਰ ਸਾਨੂੰ, ਚੱਕ ਲੈ ਮਾਰੇ। ਨਹੀਂ ਬਾਈ, ਕੋਈ ਨਹੀਂ, ਆਪਾਂ ਹਿਸਾਬ ਕਿਤਾਬ ਪੂਰਾ ਕਰਾਂਗੇ। ਪੂਰਾ ਪੂਰਾ ਹਿਸਾਬ ਕਿਤਾਬ। ਇੱਕ ਮੇਰੀ ਗੱਲ ਸੁਣ ਜਾ, ਇਹਨਾਂ ਕੁੜੀਆਂ ਦੇ ਚੱਕਰਾਂ ਤੋਂ ਦੂਰ ਹਟ ਜਾ, ਉਹਨਾਂ ਬਾਰੇ ਵੀ ਤੂੰ ਸੋਚ, ਤੇਰੀ ਖੈਰ ਮੰਗਣ ਰੋਜ਼ ਆ ਭੁੱਖੇ ਹੋ ਦੇ, ਤੈਨੂੰ ਨੇ ਪੜਾਉਂਦੇ ਤੇਰੀ ਹੀ ਤਰਖਤ ਨੇ ਚੋਲੀਆਂ ਫਲਾਉਂਦੇ, ਪਰ ਉਹਨਾਂ ਦਾ ਕਰਜ਼ ਤੇਰਾ ਇਹੀ ਹੈ ਫਰਜ਼, ਇਸ ਰੈਪ ਦੇ ਥਰੂ ਐਸੇ ਕਰ ਦਿੱਤਾ ਯਾਰ। ਯਾ ਯੇ ਬਹੁਤ ਵਧੀਆ,
ਕਿੱਥੋਂ ਬਿਲੋਂਗ ਕਰਦੇ ਜੀ? ਮਾਨਸਾ ਤੋਂ। ਹੈ ਜੀ? ਮਾਨਸਾ। ਮਾਨਸਾ ਮਾਨਸਾ। ਇਹ ਫਿਰ ਇੱਥੇ ਰਹਿੰਦੇ ਹੋ ਜੀ ਹੁਣ? ਹੋਸਟਲ? ਹੋਸਟਲ। ਬਹੁਤ ਵਧੀਆ। ਅੱਛਾ ਐਂ ਵੀ ਤੁਸੀਂ ਖੜੇ ਹੋ ਜੀ ਫਗਵਾੜੇ ਬੱਸ ਸਟੈਂਡ ਤੇ? ਹਾਂਜੀ। ਬੱਸ ਲੈਣੀ ਹੈ ਜੀ, ਠੀਕ ਹੈ ਜੀ, ਮੈਂ ਕੰਡਕਟਰ। ਹਾਂਜੀ। ਲੁਧਿਆਣਾ 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 ਲੁਧਿਆਣੇ ਲੁਧਿਆਣਾ 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 ਸਤਿ ਸ਼੍ਰੀ ਅਕਾਲ। ਹਾਂਜੀ ਲੁਧਿਆਣੇ ਤੁਹਾਡੀ ਆਪਦੀ ਹੋਈ ਬਸ ਸਾਰੀ? ਨਹੀਂ ਨਾ, ਮਗਰਲੀ ਬਸ ਵੀ ਆਪਦੀ ਆ, ਤੁਹਾਡੀ ਟ੍ਰਾਂਸਪੋਰਟ ਤੁਹਾਡੀ? ਨਹੀਂ ਸਾਨੂੰ ਨੀ ਲੋੜ ਆਈ ਪੂਰੀ ਟ੍ਰਾਂਸਪੋਰਟ। ਮੈਂ ਕਿਹਾ ਬਾਈ ਦੋ ਬਸ ਲੁਧਿਆਣਾ, ਅੱਜ ਤਾਂ ਸਫ਼ਰ ਐ ਮਿੰਟਾਂ ਹੀ ਲੰਘੂਗਾ ਯਾਰ, ਜਿਹੜੀ ਪਤਾ ਲੱਗਣੇ 100 ਕਿਲੋਮੀਟਰ ਕਿੱਧਰ ਨੂੰ ਗਏ ਜੀ। ਬੈਠੋ ਬੈਠੋ, ਤੁਸੀਂ ਆਪਣਾ ਕੰਮ ਕਰੋ। ਹਾਂਜੀ ਹਾਂਜੀ, ਨਹੀਂ ਕੰਮ ਤਾਰੇ ਦੇਖੋ ਜਾਣਾ ਵੀ ਅੱਜ। ਤੁਸੀਂ ਫਿਰ ਡਰਾਈਵਰ ਧਿਆਨ ਦਿਓ, ਐਕਸੀਡੈਂਟ ਕੰਡਕਟਰ ਨੂੰ ਚਲਾਉਂਦਾ ਥੋੜੀ ਹੁੰਦਾ ਜੀ। ਲੁਧਿਆਣੇ ਕਿੱਥੇ ਰਹਿੰਦੇ ਹੋ? ਅਸੀਂ ਲੁਧਿਆਣੇ ਨਹੀਂ ਰਹਿੰਦੇ। ਕਿੱਥੇ? ਅੱਛਾ ਇੱਥੇ ਕਿੱਥੇ ਰਹਿੰਦੇ ਦੱਸੋ? ਅਸੀਂ ਕਿਉਂ ਦੱਸੀਏ? ਉਹ ਮੈਂ ਕਿਹਾ ਉਧਰ ਨੂੰ ਬੱਸ ਪਾਉਂਗਾ ਸੱਚੀ। ਨਹੀਂ ਅਜੇ ਦੱਸ, ਨਹੀਂ ਨਹੀਂ ਇੱਦਾਂ ਵੇਲਾ ਨਹੀਂ ਹੈਗਾ ਵੀ ਤੇਰੀ ਗਲੀ 'ਚ ਬੱਸ ਪਾੜਾਂਗੇ। ਹਾਂ ਫਿਰ ਅਸੀਂ ਕਿਹੜੇ ਕਿਹੜੇ ਪਾੜਨ ਲਈ? ਚਿਹਰੇ ਖਿੜ ਗਏ, ਚਿਹਰੇ ਖਿੜ ਗਏ, ਚਿਹਰਿਆਂ ਤੇ ਨੂਰ ਆ ਗਿਆ। ਚਿਹਰੇ ਖਿੜ ਗਏ, ਚਿਹਰਿਆਂ ਤੇ ਨੂਰ ਆ ਗਿਆ, ਤੁਹਾਡੇ ਆਉਣ ਨਾਲ ਮਹਿਫਿਲ 'ਚ ਸਰੂਰ ਆ ਗਿਆ। ਹਾਏ ਹਾਏ ਹਾਏ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਐਕਟਿੰਗ ਦਾ ਤੁਹਾਨੂੰ ਸ਼ੌਂਕ ਹੈ? ਹਾਂਜੀ। ਤੁਹਾਡਾ ਵਿਆਹ ਹੋ ਗਿਆ? ਹਾਂਜੀ। ਸਪੋਜ਼ ਕਰਾਉਣਾ, ਸਪੋਜ਼ ਐਕਟਿੰਗ 'ਚ? ਹਾਂ ਹੋ ਗਿਆ। ਕੋਈ ਵਾਰੀ ਆਹ ਚੱਕ ਆ। ਅੱਛਾ ਹੀ ਹੁੰਦਾ ਵੀ ਉਹ ਮਿੰਟਾਂ 'ਚ ਹੋ ਗਿਆ, ਵੀ ਉਹ ਗਿਆ ਗਿਆ ਅਤੇ ਘਰ ਵਾਲਾ ਤੁਹਾਡਾ ਸ਼ਰਾਬੀ ਹੈ ਜਮਾ? ਓਹੋ ਹੈ ਨਾ। ਸ਼ਰਾਬ ਜਮਾ ਲਾਤੀ ਸ਼ਰਾਬ ਤਾਂ ਸਾਰੀ, ਐਡਾ ਜਲਵਾ ਕਿਹੜਾ ਪਿੰਡ ਹੈ ਤੁਹਾਡਾ? ਕਿਹੜਾ? ਦੂਜੀ ਵਾਰ ਦੱਸਣਾ ਵਾ। ਭੁੱਲ ਗਿਆ ਸਭ ਕੁਝ, ਭੁੱਲ ਗਿਆ ਮੈਂ ਆਪਦਾ ਨਾਮ, ਭੁੱਲ ਗਿਆ ਜੀ ਮਾਧੋਪੁਰ। ਉਹ ਜੈ ਵੀ ਮਾਧੋਪੁਰ ਪਿੰਡ ਵਾਲੀ ਹੋ ਨਾ? ਬਹੁਤ ਵਧੀਆ ਜੀ, ਬਹੁਤ ਵਧੀਆ। ਤੁਹਾਡਾ ਫੇਵਰੇਟ ਡਿਸ਼ ਤੇਰਾ ਕਿਹੜਾ ਜੀ? ਮੇਰੇ ਮਾਸੀ ਜੀ ਦਾ ਛੋਟਾ ਬੇਟਾ ਹਰਮਨ। ਹਾਂ, ਤੇ ਉਹ ਚ ਕੀ ਖੂਬੀ ਹੈ ਜੀ? ਹਾਂਜੀ, ਉਹਨੂੰ ਆਦਤ ਹੈ ਨਾ ਕੋਈ ਵੀ ਡਿਮਾਂਡ ਉਹਨੇ ਮੰਗਣੀ ਆ ਤੇ ਰੋ ਰੋ ਕੇ ਗਾਣੇ ਗਾ ਗਾ ਕੇ ਮੰਗਣੀ ਆ। ਅੱਛਾ ਅੱਛਾ। ਉਹਨੇ ਜੇ ਤਾਂ ਗੱਡੀ ਮੰਗਣੀ ਆ, ਉਹਨੇ ਕਹਿਣਾ ਆਏ ਮੰਮੀ ਜੀ ਮੋਟਰ ਗੱਡੀ ਲੈਣੀ ਆ, ਆਏ ਮੰਮੀ ਜੀ ਮੋਟਰ ਗੱਡੀ ਲੈਣੀ ਆ, ਲਾਲ ਲੰਘਦੀ ਪੀਲੇ ਲੰਘਦੀ। ਔਰ ਆਪਣੀ ਜ਼ਿੰਦਗੀ ਬਣਾਓ ਖੁਦ, ਬਸ ਇਸੇ ਕੋ ਮੇਰੀ ਆਖਰੀ ਖੁਆਇਸ਼ ਸਮਝ ਲੈਣਾ। ਮੈਂ ਆਪਣੀ ਜ਼ਿੰਦਗੀ ਖੁਦ ਬਣਾਉਂਗਾ ਔਰ ਵਾਅਦਾ ਕਰਦਾ ਘਰ ਦੀ ਮਾਂ ਦੀ ਕਸਮ, ਜਿਤਨੀ ਵੀ ਤੇਰੀ ਉਮੀਦੇ ਹੈ ਉਨਕੋ ਪੂਰਾ ਕਰੂੰਗਾ। ਬਹੁਤ ਵਧੀਆ ਸਵਾਦ ਲਿਆ ਦਾ ਕੰਮ। ਤੇ ਹੋਰ ਕੋਈ ਗੀਤ ਆਉਂਦਾ ਜੀ? ਹਾਂ ਗੀਤ ਸੁਣਾਓ ਜੀ। ਹੁਣ ਗੀਤ ਨਾ ਮਿੱਠਾ ਹੋਵੇ ਜੀ। ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਚਰਾ ਵੇ, ਅੱਖੀਆਂ ਚ ਤੂੰ ਵਸਦਾ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹੱਸਿਆਂ ਚ ਤੂੰ ਵਸਦਾ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਚਰਾ ਵੇ, ਅੱਖੀਆਂ ਚ ਤੂੰ ਵਸਦਾ। ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ, ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ,
मुके ना साड़ी गलबात। अशिकाल जी। सासरिकाल। की हाल चाल जी? बढ़िया। आ डाब कड़ा पे कुत्ते रह देख के ड्रेस भी आ गई। ना बहुत बढ़िया घूम चमक रहे हो जी, चमक दम कर रहे हो। थैंक यू। कितो कितो बिलोंग करते हो जी? दिल्ली। दिल्ली? मैं भी कहां चार के जुल्फा बढ़िया गड्डियां बाहर नु दिल्ली स्टाइल दिल्ली दिल्ली। क्या डिफरेंस है जी दिल्ली और यहां का? बहुत ज्यादा डिफरेंस है। कुछ बताओ क्या डिफरेंस है जी? थिंकिंग। थिंकिंग दिल्ली में तो कैसी थिंकिंग है? ओपन माइंडेड। भी दिमाग बाहर ही रख दे बस खुला। हो और की फर्क है जी? चलो एक तो हो गया थोड़ा भी खुला ही है काम। दूजा कल्चर। कल्चर उत्ते किधर का कल्चर है जी? है ही नहीं कल्चर उत्ते दा। यहां पे कल्चर है वहां नहीं है। यहां पे कल्चर है वहां पे नहीं है। इत्थे कुड़ियां बढ़िया जी देखो सलवार सूट पाउंदियां उत्ते दा ओ निकलै पा के खुरकी जान गियां। गीत आंदा जी गीत सुनाओ 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 कोई। तू ले आ दे मेनू गोल्डन चुमके। हां ये कल्चर पता लगा इत्थों। मैं कन्ना विच पाव चुम चुम के मन जावे मेनू शॉपिंग करा दे। अच्छा थोड़े मन जावे रोमांटिक पिक्चर दिखा दे। रिक्वेस्ट आ पाइया वे चिट्टिया कलाइया वे ओ मेरी वे चिट्टिया कलाइया वे खट खट कर चिट्टिया कलाइया वे ओ मेरी वे वाइट कलाइया वे। बेस्ट फ्रेंड केडी बनी है जी? बहुत वधिया लायो जी माड़ी जी केड़े मैडम की मिमिक्री दसो जी थोड़ा थोड़ा करके दसो जी। गुड मॉर्निंग। हाँ जी इन्हें शोर क्यों पाया हुआ मैं सारे चाके बाद मारने हैं। मैं चाकी लो। हाँ जी मेरे उत्ते कोई मजाक लिखा हुआ मुँह ते? हाँ जी मैडम। सारे बाले ढीठ बने हुए हैं। हाँ जी भावना तुसी क्यों हंस रहे हैं? मैं हूँ सानू सारे चक्के बाद मारना। ओके ए मैडम एक बारी सारे चक लेंदी है जी। थोनू गीत आउंदा जी? होर सुनाओ जी कठिया सुना दो जी। तेरे निक्के निक्के दोस्तियां तो सजना बे मैं तंग आई होइया। तेरे निक्के निक्के दोस्तियां तो सजना। लो जी फन अजे बाकी है मस्ती अजे बाकी है पर बेड़ा हो चुके जी एक छोटे जे ब्रेक दा। सो कितना जावे मिलदे जी एक छोटे जे ब्रेक तो अपने फेवरेट शो कंटीनी मंडीर के रामगढ़िया इंस्टीट्यूट ऑफ इंजीनियरिंग एंड टेक्नोलॉजी थोड़ा इंजीनियर वाला शब्द फस गया हुई भी नहीं मेरे तो इंजीनियरिंग तो बहुत रौनक लगी हुई ने जी बहुत खप पै रही है फन हो रहा है तो वाह क्या बात। आओ जी आओ। मेरा नेम दिलप्रीत है एंड मैं एमबीए डिपार्टमेंट से। जम्मे हो के डाउनलोड होने जी? ऑब्वियसली जम्मी हूं। बर्थ हुआ है मेरा। बर्थ कहां हुआ? बर्थ फगवाड़े में। एक कितने दे कराए जी रंग? रंग कराया चाटा मतलब कि हेयर कितने के कलर्स कराए हैं? 2500 रुपया बालों ते लाता। हद है यार साडा महीने रोटी जल जाती है 2500 दी। परिवार में फैमिली में कौन कौन है? फैमिली में मम्मा पापा हैं। हाँ। और हम फोर सिस्टर्स। चार भैणा तुसी? बल्ले 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 लड़ाई होती है फिर? नहीं एक यूएस में है एक मैरिड है। एक फायदा भी है चार भैणा दा भी जिड़ी मर्जी टॉप जिड़े मर्जी वापस आ गया। थोड़ा सा साइज डिफरेंट। थोड़ा सा साइज पेन दा कई बार फर्क। चश्मा भी हैगा है सुख नाल? दिखाओ 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 ना लगाओ ना इसको धूप देखो बहुत पड़ रही है। ना बाल कितने मैं लगता वेगन ना हो गए? असली 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 ਐ ਹੁਣ ਪੂਰਾ ਲੱਗ ਰਿਹਾ ਕੰਮ। ਥੈਂਕ ਯੂ। ਤੁਸੀਂ ਵੀ ਉਧਰ ਹੀ ਜਾਣਾ ਹੋਣਾ ਜਿੱਧਰ ਵੱਡੇ ਦੀਦੀ ਗਏ। ਯੂਐਸ ਹੋ ਆਈ ਹਾਂ ਆਲਰੇਡੀ ਇੱਕ ਵਾਰ। ਯੂਐਸ ਹੋ ਆਏ ਜਾ ਜਿਹੜਾ ਸਫ਼ਰ ਕਿੱਦਾਂ ਸੀਗਾ ਜੀ? ਬਹੁਤ ਅੱਛਾ। ਜਿਹੜਾ ਪਹਿਲੀ ਵਾਰ ਚੜ੍ਹਦਾ ਉਹ ਦੇਖੀ ਦੋ ਐਸੇ ਕੀਆ ਤਾਂ ਆਪਨੇ? ਹਾਂ ਇੰਗਲਿਸ਼ ਗੱਲ ਕੀਤੀ ਸੀਗੀ ਉੱਥੇ ਫਿਰ? ਹਾਂਜੀ। ਕਿੱਦਾਂ ਏਅਰ ਹੋਸਟੈਸ ਕੀ ਕਹਿੰਦੀ ਸੀਗੀ ਜੀ ਤੁਹਾਡੇ ਨਾਲ ਕਿੱਦਾਂ ਬਾਹ ਬੂ ਪਿਆ ਜੀ ਤੁਹਾਡੇ ਨਾਲ? ਏਅਰ ਹੋਸਟੈਸ ਲਾਈਕ ਯੂ ਵਾਂਟ ਟੂ ਹੈਵ ਮੀਲ ਔਰ ਸਮਥਿੰਗ ਐਲਸ? ਯਾ ਆਈ ਸੈਡ ਨੋ ਆਈ ਡੋਨਟ ਵਾਂਟ ਮੀ। ਯੂ ਵਾਂਟ ਚੌਲ? ਹਾਂ ਯੂ ਸੈਡ ਕਬਲਾ ਚੌਲ ਕੜੀ ਪਕੌੜਾ ਐਂਡ ਆਈ ਥਿੰਕ ਯੂ ਹੈਵ ਸਮ ਮੱਠੀ।
ਨਹੀਂ ਏਅਰਪਲੇਨ ਚ ਨਹੀਂ ਮਿਲੀ ਸੀਗੀ ਨਹੀਂ ਜਾਂਦੇ ਉਧਰ ਕਿੱਦਾਂ ਦਾ ਰਿਹਾ ਜੀ ਜਦੋਂ ਤੁਸੀਂ ਰਹੇ ਹੋ ਬਹੁਤ ਅੱਛਾ ਸੀ ਨਿਊਯਾਰਕ ਵੀ ਬਹੁਤ ਅੱਛਾ ਸੀ ਵੇਗਸ ਐਲਏ ਸਭ ਕੁਝ ਬਹੁਤ ਅੱਛਾ ਸੀ ਅੱਛਾ ਐਲਏ ਉਹ ਦੇਖਿਆ ਜੀ ਪੁੱਪੇ ਵਾਲੀ ਦੁਕਾਨ ਨਹੀਂ ਲੈ ਪੁੱਪੇ ਦੀ ਦੁਕਾਨ ਤੇ ਗਏ ਸੀ ਉਹ ਜਾਣਦੇ ਤੂੰ ਘੁੰਮੀ ਨਹੀਂ ਐਲੇ ਉੱਲੇ ਮੈਂ ਗਿਆ ਉੱਥੇ ਨਾ ਪੁੱਪਾ ਰਹਿੰਦਾ ਉਹਨੇ ਕਿਆ ਭਟੂਰੇ ਛੋਲੇ ਸਵਾ ਤੇਰਾ ਕਿਹੜਾ ਭਟੂਰਾ ਜਾ ਉੱਥੇ ਉਹ ਆਇਆ ਭਟੂਰੇ ਬਣਾਉਂਦਾ ਵਧੀਆ ਗਏ ਨੀ ਨੌ ਖਾਸੇ ਵਧਾ ਰੱਖੇ ਜੀ ਨਾ ਕੰਮ ਆਉਂਦੇ ਜੀ ਖੁਰਕ ਖੜਕ ਪੈ ਜਾਂਦੀ ਹੁੰਦੀ ਹੈ ਅੱਛਾ ਫੈਸ਼ਨ ਫੈਸ਼ਨ ਅੱਛਾ ਅੱਛਾ ਨਹੀਂ ਠੀਕ ਹੈ ਥੈਂਕ ਯੂ ਸੋ ਮਚ ਜੀ ਸੋ ਇਹ ਉਹ ਕੁੜੀ ਸੀਗੀ ਜੀ ਜਿਹੜੀ ਜਹਾਜ਼ ਗਈ ਸੀਗੀ ਇੰਗਲੈਂਡ ਇੰਗਲੈਂਡ ਗਏ ਸੀਗੇ ਇੰਗਲੈਂਡ ਯੂਐਸਏ ਮੈਂ ਵੀ ਯੂਕੇ ਜਾ ਕੇ ਆਇਆ ਹੋਇਆ ਹਾਂ ਉੱਤਰਾਖੰਡ ਕੀ ਹਾਲ ਚਾਲ ਜੀ ਵਧੀਆ ਜੀ ਤੁਸੀਂ ਸੁਣਾਓ ਮੈਂ ਠੀਕ ਠਾਕ ਜੀ ਕਿੱਥੋਂ ਬਿਲੋਂਗ ਕਰਦੇ ਹੋ ਜੀ ਮੈਂ ਬੰਗਿਆ ਤੋਂ ਭਾਈ ਕੀ ਸ਼ੌਂਕ ਹੈ ਭਾਈ ਹੋਬੀਜ਼ ਭਾਜੀ ਗਾਣੇ ਸੁਣ ਵੀ ਲਈਦੇ ਤੇ ਗਾ ਵੀ ਲਈਦੇ ਆ ਹਾਂ ਅੱਜ ਫਿਰ ਗਾਓ ਫਿਰ ਉਹ ਕਦੇ ਕਹਿੰਦੀ ਇੱਥੇ ਕਦੀ ਉੱਥੇ ਲੈ ਕੇ ਜਾ ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਨਖਾਹ ਕਦੇ ਕਹਿੰਦੀ ਇੱਥੇ ਕਦੀ ਉੱਥੇ ਲੈ ਕੇ ਜਾ ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਨਖਾਹ ਸ਼ੌਂਕ ਕੀ ਤੁਹਾਨੂੰ ਲਿਖ ਲਈਦਾ ਤੇ ਗਾ ਲਈਦਾ ਲਿਖ ਲਈਦਾ ਗਾ ਲਈਦਾ ਸੁਣਾਓ ਜੀ ਸਾਨੂੰ ਫਿਰ ਕੁਛ ਨਾ ਹੀ ਫੋਕੀ ਟੋਰ ਦਿਖਾਈਏ ਨਾ ਹੀ ਰੋਬ ਜਮਾਈਦਾ ਜਿਹੜਾ ਹੱਸ ਕੇ ਮਿਲਦਾ ਏ ਬਸ ਉਹਦੇ ਗਲ ਲੱਗ ਜਾਈਦਾ ਦਿਲ ਵਿੱਚ ਰੱਖ ਕੇ ਖਾਰ ਨਾ ਕਰੀਏ ਕੰਮ ਗਦਾਰਾਂ ਦਾ ਮੈਨੂੰ ਐਰ ਗੈਰ ਨਾ ਉਹ ਮੈਨੂੰ ਐਰ ਗੈਰ ਨਾ ਜਾਣੀ ਮੈਂ ਮੁੰਡਾ ਸਰਦਾਰਾਂ ਦਾ ਮੈਂ ਫਿਰ ਟੱਕਰ ਜਾ ਪਰਸਨ ਨੂੰ ਲੱਭਦੇ ਤੁਹਾਡੇ ਅਰਕੇ ਲੱਭਣ ਲੱਗ ਜਾਣ ਸਾਧ ਤੁਸੀਂ ਤਾਂ ਘਰੇ ਚੱਲੋ ਵੀ ਹੋਰ ਸੁਣਾਓ ਬਸ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਤੇਜ ਹੋ ਬੜੇ ਹਾਂਜੀ ਕਲਾ ਕੀ ਤੁਹਾਡੇ ਅੰਦਰ ਕਲਾ ਮੈਂ ਪੋਇਟਰੀ ਗਾਉਂਦੀ ਆ ਗਿੱਧਾ ਸਿੰਗਿੰਗ ਸਾਰਾ ਕੁਝ ਕਰ ਲਈਦਾ ਆਪਾਂ ਸੁਮੇਲ ਹੋ ਤੁਸੀਂ ਤਾਂ ਹਨਾ ਬਹੁਤ ਵਧੀਆ ਆਲ ਇਨ ਵਨ ਸੋ ਅੱਜ ਕੀ ਪੇਸ਼ ਕਰੋਗੇ ਜੀ ਮੇਰੀ ਇੱਕ ਪੋਇਟਰੀ ਆ ਕੁੜੀਆਂ ਦੇ ਉੱਤੇ ਆ ਸੋ ਮੈਂ ਤੁਹਾਨੂੰ ਥੋੜੀ ਜਿਹੀ ਸੁਣਾਵਾਂਗੀ ਜੀ ਦੀਵੀ ਹਾਂ ਐਵੇਂ ਕਹਿਣ ਜੁੱਤੀ ਹਾਂ ਪੈਰ ਦੀ ਪਵਾ ਪਾਕ ਪਵਿੱਤਰ ਲਿਖਣ ਨੂੰ ਔਰਤ ਹਾਂ ਸ਼ਹਿਰ ਦੀ ਸੀਤਾ ਤੇ ਦੁਰਗਾ ਰਾਧਿਕਾ ਮੰਦਰ ਹੀ ਸੌਂਦੀਆਂ ਐਪਰ ਨਹੀਂ ਅਸਲੀ ਦੇਵੀਆਂ ਘਰ ਘਰ ਚ ਰੋਂਦੀਆਂ ਅੱਧੀ ਹਾਂ ਕਾਇਨਾਤ ਮੈਂ ਔਰਤ ਦੀ ਜਾਤ ਹਾਂ ਤੇਰਾ ਹੁੰਗਾਰਾ ਬੰਦਿਆ ਤੇਰੀ ਹੀ ਬਾਤ ਹਾਂ ਜੰਮੀ ਤਾਂ ਤੇਰੇ ਘਰ ਚ ਵੇ ਮਾਤਮ ਹੀ ਛਾ ਗਿਆ ਜੰਮਦੀ ਤੇ ਪੈਰੇ ਲਾ ਤਰੇ ਕੈਦਣ ਬਣਾ ਲਿਆ ਵੀਰਾਂ ਤੇ ਤਾਇਆ ਚਾਚਿਆਂ ਵੀਰਾਂ ਤੇ ਤਾਇਆ ਚਾਚਿਆਂ ਦਿੱਤੀ ਸੀ ਵਾਰ ਵੇ ਮੈਨੂੰ ਸੀ ਰਹਿੰਦਾ ਸ਼ਾਂਗ ਦਾ ਇੱਕ ਸੱਭਿਆਚਾਰ ਵੇ ਬਾਬੁਲ ਨੇ ਆਪਣੀ ਪੱਗ ਦਾ ਸ਼ਮਲਾ ਬਣਾ ਲਿਆ ਵੀਰਾ ਸਕੂਲ ਤੋਰਿਆ ਪਰ ਮੈਨੂੰ ਛੁਪਾ ਲਿਆ ਵੀਰਾਂ ਨੂੰ ਮਿਲਦਾ ਦੁੱਧ ਸੀ ਪਰ ਮੈਨੂੰ ਅਥਰੂ ਖਾ ਖਾ ਕੇ ਬਈਆਂ ਮੰਨੀਆਂ ਹੋਈ ਮੈਂ ਗੱਭਰੂ ਧੀ ਹਾਂ ਨਿਮਾਣੀ ਗਾਂ ਜੀ ਮੇਰਾ ਕੀ ਜ਼ੋਰ ਸੀ ਕੈਸੀ ਸੁਹਾਗਰਾਤ ਸੀ ਮਿਰਜ਼ੇ ਦੀ ਗੋਰ ਸੀ ਜਦ ਵੀ ਚਾਹਿਆ ਸੇਜ ਤੇ ਤੂੰ ਮੈਨੂੰ ਮਰੋੜਿਆ ਹਰ ਵਾਰ ਠੋਕਰ ਮਾਰ ਤੂੰ ਦਿਲ ਮੇਰਾ ਤੋੜਿਆ ਚੱਲਾਂਗੀ ਨਾਲ ਤੇਰੇ ਚੱਲਾਂਗੀ ਨਾਲ ਤੇਰੇ ਚੱਲਾਂਗੀ ਨਾਲ ਤੇਰੇ ਪਰ ਰੱਖ ਕੇ ਬਰਾਬਰੀ ਲੁੱਟਦੀ ਹੀ ਜਾਵਾਂ ਮੈਂ ਸਦਾ ਹੁਣ ਹੈ ਮੇਰੀ ਨਾਬਰੀ ਲੁੱਟਦੀ ਹੀ ਜਾਵਾਂ ਮੈਂ ਸਦਾ ਹੁਣ ਹੈ ਮੇਰੀ ਨਾਬਰੀ ਹੁਣ ਹੈ ਮੇਰੀ ਨਾਬਰੀ ਥੈਂਕ ਯੂ ਸੋ ਮਚ ਕੋਈ ਸ਼ਬਦ ਨਹੀਂ ਮੇਰੇ ਕੋਲ ਮਾਹੌਲ ਚੇਂਜ ਕਰਦਾ ਤੁਸੀਂ ਬਹੁਤ ਵਧੀਆ ਕੀ ਨਾਂ ਜੀ ਵੀਰੇ ਦੀਪਕ ਮਾਨ ਦੀਪਕ ਮਾਨ ਕੀ ਸ਼ੌਂਕ ਗਾਇਕੀ ਦਾ ਹਾਂਜੀ ਲਿਖਣ ਦਾ ਤੇ ਗਾਉਣ ਸੁਣਾਓ ਜੀ ਵੀਰੇ ਸੁਣਾਓ ਉਹ ਜਿੱਥੇ ਬਾਰੇ ਸੁਣੇ ਅਸੀਂ ਚਰਚੇ ਵੀ ਬੜੇ ਸੋਹਣੀਆਂ ਨੇ ਨੱਡੀਆਂ ਤੇ ਖਰਚੇ ਵੀ ਬੜੇ ਕਿਉਂ ਤੇ ਝੁੱਗਾ ਚੌੜ ਮਿੱਤਰਾਂ ਦਾ ਕਰਾਉਂਦੀ ਏ ਉਹ ਜੇਬ 'ਚ ਤਾਂ ਪੈਸੇ ਹੈ ਨਹੀਂ ਪੀ ਵੀ ਆਰ ਜਾਣ ਦੇ ਕਿਉਂ ਚੰਡੀਗੜ੍ਹ ਦੇ ਤੂੰ ਸੁਪਨੇ ਵਿਖਾਉਂਦੀ ਏ ਜੇਬ 'ਚ ਤਾਂ ਪੈਸੇ ਹੈ ਨਹੀਂ ਸਿਨਮੇ ਨੂੰ ਜਾਣ ਦੇ ਕਿਉਂ ਚੰਡੀਗੜ੍ਹ ਦੇ ਤੂੰ ਸੁਪਨੇ ਵਿਖਾਉਂਦੀ ਏ ਉੱਥੇ ਜਾ ਕੇ ਆਖੇਗੀ ਉਹ ਮੌਲ 'ਚ ਕਮਾ ਦਿਓ ਥੋੜ੍ਹੇ ਪੈਸੇ ਆਦਾ ਕਿਹੜਾ ਡਿਸਕ 'ਚ ਲਵਾ ਦਿਓ ਬਗਾਨੇ ਸ਼ਹਿਰ 'ਚ ਜਲੂਸ ਕਿਉਂ ਕਢਾਉਂਦੀ ਏ ਇੱਕ ਵਾਰ ਫਿਰ ਬਗਾਨੇ ਸ਼ਹਿਰ 'ਚ ਜਲੂਸ ਕਿਉਂ ਕਢਾਉਂਦੀ ਏ ਉਹ ਜੇਬ 'ਚ ਤਾਂ ਪੈਸੇ ਹੈ ਨਹੀਂ ਸਿਨਮੇ ਨੂੰ ਜਾਣਦੇ ਤੋ ਚੰਡੀਗੜ੍ਹ ਦੇ ਤੂੰ ਸੁਪਨੇ ਵਿਖਾਉਂਦੀ ਏ ਇਹ ਸਕੂਲੀ ਜਵਾਕ ਗੰਦਾ ਡੱਬ ਡੱਬ ਆ ਗਏ ਹੈ ਸਰ ਮੈਂ ਸਰ ਪੂਜਾ ਸ਼ਰਮਾ ਪੂਜਾ ਸ਼ਰਮਾ ਤੋਂ ਠੀਕ ਹੈ ਦੀਵਾਰ ਟਾਪ ਕੇ ਆ ਗਏ ਹੋ ਨਹੀਂ ਸਰ ਆਪਕੇ ਸਾਹਮਣੇ ਸੇ ਆਈ ਹੂੰ ਨਾ ਸਕੂਲ ਸਕੂਲ ਮੇ ਪੜ੍ਹਦੇ ਹੋ ਯਹੀਂ ਪੜ੍ਹਦੇ ਹੋ ਨਹੀਂ ਸਰ ਆਈ ਏਮ ਡੂਇੰਗ ਐਮਸੀਏ ਓ ਤੁਹਾਡੀ ਬੜੀ ਹੋ ਜੇ ਸਾਡਾ ਬੇੜਾ ਬਹਿ ਜੇ ਫਿਰ ਤਾਂ
ਰੱਬ ਨੇ ਹਾਈਟ ਘੱਟ ਦਿੱਤੀ ਹੈ ਇਹ ਚ ਮੇਰਾ ਕੀ ਕਸੂਰ ਹੈ ਨਾ ਨਾ ਨਹੀਂ ਵਧੀਆ ਵਧੀਆ ਕੋਈ ਚੱਕਰ ਨਹੀਂ ਵੱਡੇ ਕੰਮ ਛੋਟੇ ਕੱਦਾਂ ਵਾਲੇ ਕਰਦੇ ਹੁੰਦੇ ਹਾਂਜੀ ਸਰ ਮੈਂ ਤਾਂ ਐਵੇਂ ਰੋਲਾ ਪਾਈ ਜਾਂਦਾ ਇੱਥੇ ਹੋਰ ਸੁਣਾਓ ਵਧੀਆ ਤੁਸੀਂ ਦੱਸੋ ਮੈਂ ਠੀਕ ਠਾਕ ਜੀ ਕਿਰਪਾ ਤੇ ਸ਼ੌਂਕ ਕਾਹਦਾ ਤੁਹਾਨੂੰ ਸਰ ਮੈਨੂੰ ਜ਼ਿਆਦਾ ਡਾਂਸਿੰਗ ਦਾ ਸ਼ੌਂਕ ਹੈ ਡਾਂਸਿੰਗ ਦਾ ਹਾਂਜੀ ਸਰ ਅੱਜ ਫਿਰ ਡਾਂਸਿੰਗ ਹੋ ਜੇ ਯੈਸ ਸਰ ਓ ਚਲੋ ਫਿਰ ਚੱਕ ਲਓ ਫਿਰ ਘਰਾਲ ਸੁਣਾਓ ਜੀ ਫਿਰ ਕੋਈ ਗੀਤ ਕਦੀ ਦਿਲ ਦੇ ਵਰਕੇ ਫੋਲ ਦੇ ਉੱਤੇ ਮੇਰਾ ਨਾਮ ਤੇਨੇ ਲਿਖਿਆ ਕਦੀ ਦਿਲ ਦੇ ਵਰਕੇ ਫੋਲ ਦੇ ਉੱਤੇ ਮੇਰਾ ਨਾਂ ਤੈਨੇ ਲਿਖਿਆ ਕਦੀ ਬਹਿ ਸੱਜਣਾ ਮੇਰੇ ਕੋਲ ਵੇਕਾਂ ਨੂੰ ਦੂਰ ਦੂਰ ਰਹਿਣਾ ਸਿੱਖਿਆ ਕਦੀ ਦਿਲ ਦੇ ਵਰਕੇ ਫੋਲ ਦੇ ਉੱਤੇ ਮੇਰਾ ਨਾਂ ਤੈਨੇ ਲਿਖਿਆ ਕਮਲੀ ਦੀ ਸੁਣ ਲੈ ਦੁਹਾਈ ਚੰਨ ਵੇ ਫਿਰਾਂ ਤੈਨੂੰ ਦਿਲ ਚ ਵਸਾਈ ਚੰਨ ਵੇ ਕੈਸੀ ਤੇਰੀ ਬੇਪਰਵਾਹੀ ਚੰਨ ਵੇ ਜਿੰਦ ਮੇਰੀ ਮਾਰ ਮੁਕਾਈ ਚੰਨ ਵੇ ਜਿੰਦ ਮੇਰੀ ਮਾਰ ਮੁਕਾਈ ਚੰਨ ਵੇ ਤੇਰੀ ਚੁੱਪ ਵਿਚਲੇ ਬੋਲਦੇ ਸੂਲਾਂ ਨਾਲੋਂ ਲੱਗ ਦੇ ਤਿੱਖਿਆ ਕਦੀ ਦਿਲ ਵਰਕੇ ਫੋਲ ਦੇ ਉੱਤੇ ਮੇਰਾ ਨਾਂ ਤੈਨੇ ਲਿਖਿਆ ਕਦੀ ਦਿਲ ਦੇ ਵਰਕੇ ਫੋਲ ਦੇ ਉੱਤੇ ਮੇਰਾ ਨਾਂ ਤੈਨੇ ਲਿਖਿਆ ਬਹੁਤ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਆਵਾਜ਼ ਖੜੋ ਜੀ ਸੋ ਲਓ ਜੀ ਹੁਣ ਅਸੀਂ ਗਿੱਧਾ ਦੇਖਾਂਗੇ ਕੁੜੀਆਂ ਦਾ ਬਹੁਤ ਬਿਹਤਰੀਨ ਕਾਲਜ ਹੈ ਜੀ ਬਹੁਤ ਤੇ ਗਿੱਧੇ ਤੋਂ ਪਹਿਲਾਂ ਪਰ ਖੁਰ ਕਰਦੇ ਖੁਰਕ ਇਹ ਚੱਲਦੇ ਰਹਿੰਦਾ ਜੀ ਨੌ ਤੇ ਹੁਣ ਲਓ ਜੀ ਪੇਸ਼ ਕਰਦੇ ਹਾਂ ਗਿੱਧਾ ਤੁਸੀਂ ਕਿਹਦੇ ਨਾਲ ਜੀ ਪਰ ਹੁਣ ਵੇਲਾ ਹੋ ਚੁੱਕਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਲੈਣਾ ਪੈਣਾ ਮਿਲਦੇ ਆ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਸ਼ਹਿਰ ਫਗਵਾੜਾ ਰਾਮਗੜੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਹੁਣ ਬੱਚੇ ਥੋੜ੍ਹੇ ਚੇਂਜ ਹੋ ਗਏ ਇਹ ਪਹਿਲਾਂ ਹਸਪਤਾਲ 'ਚੋਂ ਬੁਲਾਈਆਂ ਜੀ ਨਰਸਾਂ ਦੇਖੋ ਕਿਆ ਬਾਤ ਹੈ ਇਹ ਟੂਕੇ ਟੂਕੇ ਲਾ ਕੇ ਪੂਰੀਆਂ ਫ੍ਰੀ ਹੋ ਗਈਆਂ ਨੇ ਇਹ ਕਿਤੇ ਗੀਤ ਵੀ ਸੁਣਾਉਣੇ ਆ ਸੋ ਉਸ ਤੋਂ ਪਹਿਲਾਂ ਸਾਡੇ ਟੀਚਰ ਸਾਹਿਬਾਨ ਪ੍ਰਿੰਸੀਪਲ ਸਰ ਸਾਡੇ ਨਾਲ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਇਹ ਵੀ ਜ਼ਰੂਰੀ ਹੁੰਦਾ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਹੀ ਅੱਛਾ ਜੀ ਸਰ ਕਾਲਜ ਬਾਰੇ ਦੱਸੋ ਜੀ ਅਤੇ ਤੁਹਾਡਾ ਆਪਣਾ ਐਕਸਪੀਰੀਅੰਸ ਐਜ਼ ਅ ਪ੍ਰਿੰਸੀਪਲਸ਼ਿਪ ਅਤੇ ਐਜ਼ ਅ ਲੈਕਚਰਰ ਕਿੰਨਾ ਜੀ ਦੇਖੋ ਜੀ ਕਾਲਜ ਦੇ ਬਾਰੇ ਤਾਂ ਅਸੀਂ ਕਿ ਰਾਮਗੜੀਆ ਜਿਹੜਾ ਹੈ ਤਕਰੀਬਨ 85 ਸਾਲ ਤੋਂ ਇਹ ਜਿਹੜੇ ਹੈ ਸੁਸਾਇਟੀ ਨੂੰ ਐਜੂਕੇਸ਼ਨ ਦੇ ਰਿਹਾ ਹੈ ਜੀ ਪੰਜਾਬ ਦੇ ਵਿੱਚ ਇੱਕ ਰਿਕਾਰਡ ਹੈ ਅਤੇ ਉਹਦੇ ਬਾਅਦ ਇੱਕ ਚੀਜ਼ ਸੀਗੀ ਇੰਜੀਨੀਅਰਿੰਗ ਕਾਲਜ ਦੀ ਉਹ 2003 ਦੇ ਵਿੱਚ ਇਹ ਇੰਜੀਨੀਅਰਿੰਗ ਕਾਲਜ ਸਟਾਰਟ ਕਰ ਦਿੱਤਾ
ਔਰ ਇਹਦੇ ਵਿੱਚ ਕਮ ਸੇ ਕਮ ਸਾਡੇ ਕੋਲ 7 ਕੋਰਸਿਸ ਸੀਗੇ ਪਹਿਲੇ, ਹੁਣ ਹੋਰ ਇਨਕਰੀਜ਼ ਹੋ ਗਏ, ਬੀ ਟੈਕ ਹੋ ਗਿਆ, ਐੱਮ ਟੈਕ ਹੋ ਗਿਆ, ਪੀ ਐੱਚ ਡੀ ਹੋ ਗਈ, ਔਰ ਇਹਦੇ ਨਾਲ ਸਭ ਨਾਲ ਵੱਡੀ ਜਿਹੜੀ ਅਚੀਵਮੈਂਟ ਹੋਈ ਹੈ ਨਰਸਿੰਗ ਏ ਐੱਨ ਐੱਮ ਜੀ ਐੱਨ ਐੱਮ ਇੱਥੇ ਸਟਾਰਟ ਕਰਤੇ ਆ। ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ ਲੱਗਿਆ ਜੀ, ਜ਼ਰੂਰ ਤੁਹਾਡਾ ਏਮ ਪੂਰਾ ਹੋਵੇ ਜੀ। ਸੋ ਸਾਡੇ ਨਾਲ ਮੈਡਮ ਖੜੇ ਨੇ ਜੀ, ਇੱਕ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਜੀ ਮੈਂ ਜਲੰਧਰ ਤੋਂ। ਜਲੰਧਰ ਤੋਂ, ਕਿੰਨਾ ਚਿਰ ਹੋ ਗਿਆ ਜੀ? 8 ਸਾਲ ਹੋ ਗਏ ਜੀ ਟੀਚਿੰਗ ਲਾਈਨ ਦੇ ਵਿੱਚ। 8 ਸਾਲ, ਬਹੁਤ ਵਧੀਆ, ਬਹੁਤ ਵੱਡਾ ਐਕਸਪੀਰੀਅੰਸ ਤੁਹਾਡਾ। ਹਾਂਜੀ। ਅਤੇ ਮੈਮ ਗੱਲ ਇੱਦਾਂ ਵੀ ਮੈਨੂੰ ਘਰਦਿਆਂ ਨੇ ਬਦੋ ਬਦੀ ਪਾਤਾ ਜੀ ਕਾਲਜ ਦੇ ਵਿੱਚ, ਪੜ੍ਹਾਈ 'ਚ ਮੇਰਾ ਜਮ੍ਹਾਂ ਇੰਟਰਸਟ ਨਹੀਂ ਹੈਗਾ, 0% ਇੰਟਰਸਟ ਹੈਗਾ। ਅਤੇ 2 ਕੁ ਕਲਾਸਾਂ ਲਾ ਲਈਆਂ, ਬਹੁਤ ਬੋਰ ਹੋ ਗਿਆ ਜੀ ਮੈਂ। ਤੀਜੀ ਕਲਾਸ ਤੁਹਾਡੀ ਹੈ ਜੀ? ਠੀਕ ਹੈ ਜੀ। ਇੱਥੇ ਕਿਹੜਾ ਪੜ੍ਹ ਜੂਗਾ ਯਾਰ? ਹਾਂਜੀ ਕਲਾਸ। ਉਹ ਮੈਂ ਨਹੀਂ ਪੜ੍ਹਦਾ ਜੀ। ਮੈਡਮ ਬਹੁਤ ਦੁੱਖ। ਮੈਡਮ ਨਿਊ ਐਡਮਿਸ਼ਨ? ਮੈਡਮ ਤੁਸੀਂ ਪੜ੍ਹਾਉਂਗੇ ਜੀ? ਬਿਲਕੁਲ ਮੈਂ ਪੜ੍ਹਾਉਂਗੀ। ਇਹ ਤਾਂ ਬਾਪੂ ਕਮਾਲ ਹੀ ਕਰ ਗਿਆ ਯਾਰ, ਇੱਥੇ ਪਾ ਗਿਆ। ਚਲੋ ਬੈਂਚ 'ਤੇ ਬੈਠੋ। ਹੁਣ ਤਾਂ ਜਿੱਥੇ ਕਹੋਗੇ ਮਾਰੇ ਉੱਥੇ ਬਹਿ ਜਾਂਗੇ। ਮੈਡਮ ਪਹਿਲਾਂ ਤਾਂ ਹੋਰ ਹੀ ਸਰ ਜੀ ਹੈਗੇ, ਤੁਸੀਂ ਵੀ ਪੜ੍ਹਾਉਂਗੇ ਸਾਨੂੰ? ਮੈਂ ਪੜ੍ਹਾਉਂਗੀ, ਬਿਲਕੁਲ ਪੜ੍ਹਾਉਂਗੀ, ਤੁਸੀਂ ਬੈਠੋ। ਬੈਠ ਕੇ ਡਿਸਿਪਲਿਨ ਦੇ ਨਾਲ ਅਸੀਂ ਗੱਲ ਕਰਦੇ ਹਾਂ ਅੱਜ। ਡਿਸਿਪਲਿਨ ਨਾਲ ਗੱਲ ਨਹੀਂ ਕਰਨੀ, ਤੁਹਾਡੇ ਨਾਲ ਕਰਨੀ ਮੈਂ ਸਾਰੀ ਗੱਲ। ਨਾ ਸਾਡੇ ਵਿੱਚ ਡਿਸਿਪਲਿਨ ਨਹੀਂ ਆਉਣਾ ਚਾਹੀਦਾ, ਮੈਂ ਤੁਹਾਡੇ ਨਾਲ ਸਾਰੀ ਗੱਲ। ਗੱਲ ਮੇਰੇ ਨਾਲ ਹੀ ਹੋਣੀ ਹੈ, ਪਰ ਹੋਣੀ ਆਰਾਮ ਨਾਲ ਹੈ, ਬੈਠ ਕੇ ਗੱਲ ਕਰਾਂਗੇ ਅਸੀਂ। ਬੈਠੋ, ਅੱਜ ਅਸੀਂ ਪੜ੍ਹਾਈ ਕਰਨੀ ਹੈ। ਬਾਪੂ ਕਿੱਧਰ ਗਿਆ, ਲੰਘ ਗਿਆ ਬਾਪੂ? ਕਮਾਲ ਕਰ ਰਹੀ, ਇੱਥੇ ਹੀ ਪੜਾਂਗੇ ਹੁਣ ਤਾਂ ਰਾਮਗੜੀਆ ਜੀ। ਹਾਂਜੀ ਜੀ। ਹਾਂਜੀ, ਅੱਜ ਅਸੀਂ ਮੈਨੇਜਮੈਂਟ ਬਾਰੇ ਗੱਲ ਕਰਨੀ ਹੈ। ਮੈਨੇਜਮੈਂਟ ਤੁਹਾਡੇ ਵਰਗੇ ਮੈਡਮ ਜੀ 2-3 ਲੈਕਚਰ ਹੋਣ ਜੀ, ਫਿਰ ਸਾਰੇ ਲੈਕਚਰ ਲਾਊਂਗਾ ਜੀ ਮੈਂ ਜੀ। ਮੈਂ ਫਿਰ ਬਹੁਤ ਸਵਾਦ ਆਊਗਾ ਜੀ ਪੜ੍ਹ ਕੇ। ਅੱਛਾ, ਫਿਰ ਮੈਂ ਪੜ੍ਹੂੰਗਾ ਜੀ। ਅੱਜ ਦੀ ਐਕਟੀਵਿਟੀ ਕਿਹੜੀ ਕਿਹੜੀ ਕੀਤੀ ਸੀ? ਸਾਰੀ ਐਕਟੀਵਿਟੀ ਵਧੀਆ, ਦੱਸੋ ਕਿਹੜੀ ਐਕਟੀਵਿਟੀ ਕਰਾਂਗੇ ਹੁਣ ਪੂਰਾ ਮੈਂ ਪੂਰਾ। ਚਲੋ ਠੀਕ ਹੈ, ਫਿਰ ਮੈਨੂੰ ਇਹ ਦੱਸੋ ਕਿ ਤੁਹਾਡਾ ਲਾਈਫ ਦਾ ਏਮ ਕੀ ਹੈ ਬੇਟਾ? ਏਮ? ਹਾਂਜੀ। ਬਣਨਾ ਕੀ ਚਾਹੁੰਦੇ ਹੋ? ਬਣਨਾ? ਹਾਂਜੀ, ਇੱਕੋ ਵਾਰੀ ਡੈਡੀ ਬਣਾਂਗੇ ਜੀ ਬਸ ਫਿਰ। ਗੀਤ ਗਾ ਲੈਂਦੇ ਜੀ 2 ਕੁ ਲਾਈਨਾਂ। ਮੇਰੇ ਖਾਤਰ ਚੜਿਆ ਕਿ ਕਰਤੇ ਤੈਂਦਾ ਤਣਨਾ ਕੀਤੀ, ਵੇ ਪਾਸਾ ਵੱਟ ਕੇ ਲੰਘਿਆ ਕੋਲ ਦੀ, ਵੇ ਪਾਸਾ ਵੱਟ ਕੇ ਲੰਘਿਆ ਕੋਲ ਦੀ, ਤੇਰੀ ਸੀ ਕੁੱਟ ਪੀਤੀ ਲਾ ਕੇ ਤੋੜ ਗਿਆ, ਸੱਜਣੀ ਨਾਲ ਪ੍ਰੀਤੀ ਲਾ ਕੇ ਤੋੜ ਗਿਆ, ਸੱਜਣਾ ਨਾਲ ਪ੍ਰੀਤੀ ਲਾ ਕੇ ਤੋੜ ਗਿਆ। ਨਮਿਤਾ ਜੀ, ਬਸ ਇਹੀ ਗਾਣਾ ਸੁਣਾਉਣਾ ਜੀ। ਹਾਂਜੀ ਹਾਂਜੀ, ਸੁਣਾਓ ਸੁਣਾਓ। ਆਪਣਾ ਲਿਖਿਆ ਜੀ? ਹਾਂ ਹਾਂ ਸੁਣਾਓ। ਉਹ ਦਰਜਣ ਨਾਲੋਂ ਵੱਧ ਸਪਲੀਆਂ ਡੀਐਮਸੀ ਸਾਡੀ ਰੋਕੀ ਆ ਬਾਪੂ ਜੀ, ਹੁਣ ਡਿਗਰੀ ਕਰਨੀ ਔਖੀ ਆ ਬਾਪੂ ਜੀ, ਉਹ ਦਿਲ ਪੜਨੇ ਦਾ ਹੁਣ ਕਰਦਾ ਨਾ ਕਿਸੇ ਕੰਮ ਧੰਦੇ ਵਿੱਚ ਲਾ ਦੇਵੋ, ਕੋਈ ਫਾਸਟ ਫੂਡ ਜਾਂ ਕੱਪੜਿਆਂ ਦੀ ਮੈਨੂੰ ਸ਼ੋਪ ਨਿੱਕੀ ਜੀ ਪਾ ਦੇਵੋ, ਨਾ ਪੜ ਕੇ ਅਫਸਰ ਲੱਗ ਹੋਣਾ ਨਾ ਪੈਣੀ ਮੇਰੇ ਤੋਂ ਕੋਠੀ ਆ ਬਾਪੂ ਜੀ, ਹੁਣ ਡਿਗਰੀ ਕਰਨੀ ਔਖੀ ਆ ਬਾਪੂ ਜੀ। ਹੁਣ ਆਪਾਂ ਨਾ ਕਰਦੇ ਜੀ ਗੱਲਬਾਤ, ਤੁਸੀਂ ਆਓ ਜੀ ਪਹਿਲਾਂ ਮੂਹਰੇ। ਸੋ ਵਿਆਹ ਕਰਵਾਇਆ ਹੋਇਆ, ਛੋਟਾ ਜਿਹਾ ਚੂੜਾ ਪਾਇਆ ਹੋਇਆ, ਜਿਹੜਾ ਪਰਮਾਨੈਂਟ ਰੱਖਿਆ ਹੈ, ਉਹਦਾ ਕੀ ਹਾਲ ਬਣਾਇਆ ਹੋਇਆ? ਵਧੀਆ ਜੀ, ਉਹ ਵੀ ਵਧੀਆ ਨੇ। ਬੱਕੀ ਗੱਲ ਜੀ, ਹਾਂਜੀ, ਸਪੋਜ਼ ਕਰੋ ਜੀ ਇੱਧਰੋਂ ਫੋਨ ਆਇਆ ਜੀ, ਹੁਣ ਤੁਸੀਂ ਲੜਨਾ ਜੀ ਆਪਣੇ ਘਰ ਵਾਲੇ ਨੂੰ, ਠੀਕ ਹੈ ਜੀ? ਹੈਲੋ। ਹੈਲੋ, ਹਾਂ ਠੀਕ ਹੈ? ਹਾਂਜੀ ਠੀਕ ਆ। ਅੱਛਾ ਅੱਛਾ ਅੱਛਾ, ਮੈਨੂੰ ਲੱਗ ਨਹੀਂ ਰਹੀ ਠੀਕ ਜੀ ਤੇਰੀ ਆਵਾਜ਼। ਨਹੀਂ ਵਧੀਆ, ਠੀਕ ਆ। ਹੈਂ? ਠੀਕ ਆ, ਤੁਸੀਂ ਸੁਣਾਓ। ਉਹ ਮੰਮੀ ਨੇ ਸ਼ਿਕਾਇਤ ਜੀ ਲਾਈ ਤੇਰੀ ਫਿਰ ਅੱਜ? ਨਹੀਂ ਸ਼ਿਕਾਇਤ ਨਹੀਂ ਲਾਈ। ਉਹ ਕਹਿੰਦੇ ਵੀ ਸਬਜ਼ੀ ਬਣਾਈ, ਲੂਣ ਵੱਧ ਪਾ ਦਾ, ਪਤਾ ਨਹੀਂ ਤੂੰ ਜਾਣ ਕੇ ਪਾ ਪਤਾ ਨਹੀਂ। ਨਹੀਂ ਨਹੀਂ, ਸਬਜ਼ੀ ਵਧੀਆ ਬਣੀ ਆ। ਨਾ ਉਹ ਤਾਂ ਕੰਮ, ਤੂੰ ਲੂਣ ਪਾਇਆ ਵੱਧ? ਨਹੀਂ, ਨਮਕ ਨਹੀਂ ਪਾਇਆ। ਯਾਰ ਤੈਨੂੰ ਕਿੰਨੀ ਯਾਰ ਗਿਆ ਵੀ ਮੰਮੀ ਨੂੰ ਖੁਸ਼ ਰੱਖਣਾ ਯਾਰ, ਤੂੰ ਉਹੀ ਥੜੀ ਦੀ ਆਪੇ ਫਿਰ ਪਾਈ ਜਾਨੀ ਯਾਰ, ਕਮਾਲ ਕਰਦੀ। ਤੁਸੀਂ ਆਪ ਖਾ ਕੇ ਦੇਖ ਲਿਓ। ਆਪ ਮੈਂ ਫੋਨ 'ਚ ਸਬਜ਼ੀਆਂ ਖਾਵਾਂ ਯਾਰ, ਕਮਾਲ ਕਰਨੀ ਆ। ਸੈਂਡ ਕਰ ਦਿੰਦੀ ਆ। ਹੈਂ? ਉਹ ਵਿਆਹ ਤੋਂ ਪਹਿਲਾਂ ਵੀ ਤੂੰ ਵਟਸਐਪ 'ਤੇ ਸੈਂਡ ਕਰਦੀ ਨਹੀਂ, ਮੈਂ ਸੋਚਿਆ ਸੱਚੀ ਬਣਾਉਣਾ ਆਉਂਦਾ ਤੈਨੂੰ। ਨਹੀਂ ਕਰਦੀ। ਇਹਨੇ ਚੱਕਰਾਂ 'ਚ ਤੇਰੇ ਨਾਲ ਵਿਆਹ ਹੋਇਆ, ਤੈਨੂੰ ਆਉਂਦੀ ਮੈਗੀ ਵੀ ਨਹੀਂ ਯਾਰ, ਕਮਾਲ ਕਰਦੀ। ਇੰਨੀ ਵਾਰੀ ਤੁਸੀਂ ਖਾਧੀ ਮੈਗੀ, ਹੁਣ ਕਹਿੰਦੇ ਮੈਗੀ ਨਹੀਂ ਆਉਂਦੀ। ਉਹ ਵਿਆਹ ਤੋਂ ਪਹਿਲਾਂ ਤਾਂ ਲੂਣ ਮਸਾਲਾ ਪਤਾ ਨਹੀਂ ਲਾਦਾ ਹੁੰਦਾ। ਨਹੀਂ ਪਤਾ ਲੱਗਦਾ ਹੈਗਾ। ਕਿੱਥੇ ਖੜੀ ਆ ਮਗਰ, ਰੌਲਾ ਬਹੁਤ ਪੈ ਰਿਹਾ। ਰੌਲਾ ਪੈ ਰਿਹਾ ਆ। ਨਹੀਂ ਕਿੱਥੇ ਖੜੀ, ਕਿੱਥੇ ਮੈਂ ਕਹਿ ਰਿਹਾ, ਰੌਲਾ ਮੈਨੂੰ ਪਤਾ ਪੈ ਰਿਹਾ। ਮੈਂ ਕਾਲਜ ਆ, ਟੀ ਬ੍ਰੇਕ ਹੋਈ ਆ। ਜਦੋਂ ਫੋਨ ਕਰੋ ਟੀ ਬ੍ਰੇਕ ਹੁੰਦੀ ਹੈ, ਬਾਕੀਆਂ ਦੀ ਹੁੰਦੀ, ਇਕੱਲੀ ਤੇਰੀ ਹੁੰਦੀ ਆ। ਫੇ ਫ੍ਰੀ ਟਾਈਮ ਹੀ ਕਰਨਾ ਹੁੰਦਾ ਨਾ। ਹੈ? ਫ੍ਰੀ ਟਾਈਮ ਕਰਨਾ ਹੁੰਦਾ। ਫ੍ਰੀ ਟਾਈਮ ਕਰਨਾ ਹੁੰਦਾ। ਬੇਬੇ ਨੂੰ ਕੁਝ ਰੱਖ ਯਾਰ। ਠੀਕ ਆ ਜੀ, ਵਟਸਐਪ ਤੇ ਸੈਂਡ ਕਰ ਦਿੰਨੀ ਆ। ਕੀ ਬੇਬੇ? ਆਦਾ ਯਾਰ, ਬੜਦੇ ਬੜਦੇ ਕਰੀ ਜਾਂਦੀ ਹੈ। ਟੀ ਬ੍ਰੇਕ ਬੰਦ। ਨਵੀਂ ਟੈਕਨੋਲੋਜੀ ਆਈ ਹੈ, ਉਹਨੂੰ ਖੁਸ਼ ਕਰਨ ਨੂੰ ਕਿਹਾ ਤੈਨੂੰ ਮੈਂ। ਫੋਨ ਕੱਟ ਦਿਓ, ਟੀ ਬ੍ਰੇਕ ਬੰਦ ਹੋ ਗਈ। ਟੀ ਬ੍ਰੇਕ ਤਾਂ ਬੰਦ ਮੇਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਸ ਵਧੀਆ, ਤੁਸੀਂ ਸੁਣਾਓ। ਇੱਕ ਆਪਣਾ ਆ ਗਿਆ ਬੰਦਾ ਪਿੰਡੋਂ ਉੱਠ ਕੇ ਆ ਗਏ, ਉਹਨੂੰ ਲੱਗਦਾ ਬੁਖਾਰ ਹੈ, ਬੁਖਾਰ ਹੈ ਨਹੀਂ,
ਉਹਨੂੰ ਗਲਤ ਫਹਿਮੀ ਹੈ ਨਾ ਭਰੀ ਹੋਈ ਸਾਰੇ ਪਿੰਡ ਵਾਲੇ ਵੀ ਨਹੀਂ ਤੈਨੂੰ ਬੁਖਾਰ ਹੈ ਤੂੰ ਦਵਾਈ ਲੈ ਕੇ ਆ ਹੁਣ ਤੁਸੀਂ ਟੈਕਲ ਕਰਨਾ ਉਹਦੇ ਨਾਲ ਸਰ ਕੀ ਹੋਇਆ ਤੁਹਾਨੂੰ ਡਾਕਟਰ ਨਹੀਂ ਪਹਿਲਾਂ ਹੀ ਭੇਜੀ ਜਾਂਦੇ ਉਹਨੂੰ ਮਰੀਜ਼ ਭੇਜਦੇ ਹੁੰਦੇ ਡਾਕਟਰ ਤੂੰ ਹਾਂਜੀ ਸਰ ਜੀ ਕੀ ਪ੍ਰੋਬਲਮ ਤੁਹਾਨੂੰ ਕੀ ਦੱਸਾਂ ਬੁਖਾਰ ਹੋ ਗਿਆ ਕਿੰਨੇ ਚਿਰਾਂ ਤੋਂ ਆ ਪਰਸੋਂ ਤੋਂ ਬਿਮਾਰ ਆ ਇਹ ਜਿੱਦਣ ਤੁਹਾਨੂੰ ਬੁਖਾਰ ਚੜ੍ਹਿਆ ਤੁਸੀਂ ਉਦਣ ਕਿਉਂ ਨਹੀਂ ਚੈੱਕ ਕਰਾਉਣ ਆਏ ਮੈਨੂੰ ਪਿੰਡ ਵਾਲੇ ਕਹਿੰਦੇ ਵੀ ਨਹੀਂ ਹੈ ਨਹੀਂ ਹੈ ਨਹੀਂ ਹੈ ਮੈਂ ਕਿਹਾ ਹੈ 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 ਹੁਣ ਮੈਨੂੰ ਤੁਸੀਂ ਦੱਸੋ ਵੀ ਹੈ 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 ਜਾਂ ਫਿਰ ਨਹੀਂ ਹੈ ਨਹੀਂ ਹੈ ਜਾਂ ਫਿਰ ਨਹੀਂ ਹੈ ਐ ਨਾ ਫੜ ਕਾਲ ਜਾਣਾ ਬਾਹਰ ਨੂੰ ਆਉਂਦਾ ਹੈ ਨਹੀਂ ਬੁਖਾਰ ਤਾਂ ਤੁਹਾਨੂੰ ਹੈ ਨਹੀਂ ਗਾ ਹੈ ਨਹੀਂ ਹੈ ਹੈ ਨਹੀਂ ਹੈਗਾ ਉਦੇ ਕੰਮ ਛੱਡ ਗਿਆ ਨਾ ਨਰਸਾਂ ਨੂੰ ਦੇਖ ਕੇ ਬਹੁਤ ਵਧੀਆ ਬਹੁਤ ਵਧੀਆ ਕੀ ਹਾਲ ਚਾਲ ਜੀ ਤੇ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣੇ ਤੋਂ ਜੀ ਲੁਧਿਆਣੇ ਤੋਂ ਕੀ ਸੁਣਾਓਗੇ ਜੀ ਕਲਾ ਕਲਾ ਇਹ ਹੈਗੀ ਆ ਇੱਕ ਘੋੜੇ ਦੀ ਆਵਾਜ਼ ਕੱਢ ਕੇ ਦਿਖਾਉਂਦੇ ਘੋੜੇ ਦੀ ਆਵਾਜ਼ ਕੱਢੋਗੇ ਕੱਢੋ ਜੀ ਆਵਾਜ਼ ਮੈਡਮ ਨੇ ਗਾਣਾ ਗਾਇਆ ਸੀ ਸਾਨੂੰ ਮੁੰਡਿਆਂ ਨੂੰ ਬਾਂਦਰ ਪਤਾ ਨਹੀਂ ਹੋਰ ਕੀ ਆਖਿਆ ਸੀ ਉਸ ਤੋਂ ਬਾਅਦ ਮੈਡਮ ਨੇ ਦੋ ਤਿੰਨ ਵਾਰ ਐਵੇਂ ਵੀ ਕੀਤਾ ਮੈਂ ਬੋਲੀ ਪਾਉਣਾ ਚਾਹੁੰਦਾ ਜੀ ਜੁਲਫਾਂ ਤੇਰੀਆਂ ਚੜੇਲ ਵਰਗੀਆਂ ਰੱਬ ਨੇ ਵਿਹਲੇ ਬੈਠ ਬਣਾਈਆਂ ਨੀ ਗੋਡੇ ਗੋਡੇ ਚੜੀ ਸਿੱਕਰੀ ਗੋਡੇ ਗੋਡੇ ਚੜੀ ਸਿੱਕਰੀ ਉੱਤੋਂ ਜੂਆਂ ਨੇ ਰੌਣਕਾਂ ਲਾਈਆਂ ਨੀ ਇੱਕ ਤੇਰਾ ਰੰਗ ਮੁਸ਼ਕੀ ਹੋ ਇੱਕ ਤੇਰਾ ਰੰਗ ਮੁਸ਼ਕੀ ਦੂਜਾ ਮੁਸ਼ਕ ਤੇਰੇ ਚੋ ਆਵੇ ਨੀ ਮਿੱਤਰਾਂ ਦਾ ਸਾਹ ਰੁਕਦਾ ਪਰ ਹੋ ਕੇ ਬੈਠ ਮੁਟਿਆਰੇ ਨੀ ਮਿੱਤਰਾਂ ਦਾ ਸਾਹ ਰੁਕਦਾ ਕੀ ਸੁਣਾਓਗੇ ਕਲਾ ਤੁਹਾਡੇ ਅੰਦਰ ਮੈਨੂੰ ਲੱਗਦਾ ਮੈਂ ਗਾਇਕੀ ਵਾਲੇ ਜਾਂ ਫਿਰ ਕਿੱਦਾਂ ਨਹੀਂ ਗਾਇਕੀ ਨਹੀਂ ਉਸ ਤੋਂ ਇਲਾਵਾ ਬਾਕੀ ਸਭ ਕੁਝ ਕਰ ਸਕਦਾ ਮੈਂ ਅੱਛਾ ਜੀ ਹੋਰ ਕੀ ਆਉਂਦਾ ਤੁਸੀਂ ਆਪ ਹੀ ਦੱਸ ਦਿਓ ਡਾਂਸ ਵਗੈਰਾ ਐਕਟਿੰਗ ਵਗੈਰਾ ਤੇ ਮਿਮਿਕਰੀ ਮਿਮਿਕਰੀ ਕਰੋ ਜੀ ਠੀਕ ਹੈ ਡਾਂਸ ਵੀ ਹੋ ਗਿਆ ਐਕਟਿੰਗ ਵੀ ਅਸੀਂ ਦੇਖ ਲਈ ਗਵੱਈਏ ਵੀ ਬਹੁਤ ਹੈ ਮਿਮਿਕਰੀ ਰਹਿ ਗਈ ਉਹ ਕੱਢੋ ਜੀ ਅੱਜ ਅੱਛਾ ਬਹੁਤ ਅੱਛਾ ਹੀ ਯਹਾਂ ਪੇ ਕੰਟੀਨੀ ਮੰਡੀਰ ਹਮਾਰੇ ਕਾਲਜ ਆਈ ਹੈ ਮੇਰੇ ਕੋ ਬਹੁਤ ਅੱਛਾ ਲੱਗਾ ਬਹੁਤ ਅੱਛਾ ਮੇਰੇ ਕੋ ਪਹਿਲੇ ਕਿਉਂ ਨਹੀਂ ਬੁਲਾਇਆ ਹੈ ਤੁਮਨੇ ਮੇਰੇ ਕੋ ਪਹਿਲੇ ਬੁਲਾਉਣਾ ਚਾਹੀਏ ਥਾ ਮੈਂ ਔਰ ਬਹੁਤ ਕੁਝ ਕਰਕੇ ਤੁਮੇ ਦਿਖਾਤਾ ਪਰ ਤੁਮਨੇ ਮੈਨੂੰ ਪਹਿਲੇ ਨਹੀਂ ਬੁਲਾਇਆ ਮੈਨੂੰ ਬਹੁਤ ਦੁੱਖ ਹੁਆ ਅੱਛਾ ਓਏ ਇਹ ਦਾਤੇ ਮੇਰੀ ਮਾਂ ਹੈ ਮੇਰੇ ਕੋ ਇਹ ਕਾਲਜ ਬਹੁਤ ਪਸੰਦ ਹੈ ਮੇਰੇ ਕੋ ਪਹਿਲੇ ਕਿਉਂ ਨਹੀਂ ਬੁਲਾਇਆ ਮੇਰੇ ਕੋ ਬਹੁਤ ਬੁਰਾ ਲਗਾ ਨਾਨਾ ਪਾਟੇਕਰ ਸਾਹਿਬ ਕੋ ਪਹਿਲੇ ਬੁਲਾਇਆ ਮੇਰੇ ਕੋ ਕਿਉਂ ਨਹੀਂ ਬੁਲਾਇਆ ਮੈਂ ਵੀ ਅੱਛਾ ਐਕਟਿੰਗ ਕਰਤਾ ਹੂੰ ਓਏ ਹਾਈ 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 ਓਏ ਬਾਬੂ ਜੀ ਮੁਝੇ ਪਹਿਲੇ ਕਿਉਂ ਨਹੀਂ ਬੁਲਾਇਆ ਲੋਕੋ ਨੇ ਮੁਝੇ ਬਹੁਤ ਬੁਰਾ ਲੱਗ ਰਿਹਾ ਹੈ ਚੀੜ ਦੂੰਗਾ ਫਾੜ ਦੂੰਗਾ ਲੋਕੋ ਮੇਰੇ ਕੋ ਕਿਉਂ ਨਹੀਂ ਬੁਲਾਇਆ ਉਹਨਾਂ ਨੇ ਪਹਿਲੇ ਬਾਬੂ ਜੀ ਮੈਂ ਵੀ ਐਕਟਿੰਗ ਕਰਨਾ ਚਾਹਤਾ ਹੂੰ ਮੇਰੇ ਕੋ ਪਿਕਚਰ ਮੈਂ ਕਾਮ ਨਹੀਂ ਮਿਲ ਰਿਹਾ ਬਾਬੂ ਜੀ ਪਲੀਜ਼ ਕੁਛ ਕਰੀਏ ਮੇਰਾ ਬੇਟਾ ਸਨੀ ਤੇਰਾ ਜ਼ਰੂਰ ਕੁਛ ਹੋਊਗਾ ਤੇਰਾ ਕੁਛ ਹੋਊਗਾ ਜ਼ਰੂਰ ਹੋਊਗਾ ਪਤਾ ਨਹੀਂ ਕਿਆ ਹੋਊਗਾ ਤੇਰਾ ਹੋਊਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸਰ ਸੌਰਵ ਸੌਰਵ ਕਿੱਥੋਂ ਬਿਲੋਂਗ ਕਰਦੇ ਬਾਬਾ ਜੀ ਲੋਕਲ ਹੀ ਆ ਫਗਵਾੜੇ ਤੋਂ ਫਗਵਾੜੇ ਤੋਂ ਲੋਕਲ ਹੀ ਹਾਂ ਹਾਂਜੀ ਤੇ ਕੀ ਤੁਹਾਡੇ ਅੰਦਰ ਕਲਾ ਬਹੁਤ ਕਲਾ ਕਾਲਜ ਦੇ ਵਿੱਚ ਹਾਂਜੀ ਤੁਹਾਡਾ ਕੀ ਸ਼ੌਂਕ ਹੈ ਸਰ ਪੜ੍ਹਾਈ ਦਾ ਸ਼ੌਂਕ ਹੈ ਇੱਕਦਮ ਸਰ ਸਪੋਰਟਸ ਦਾ ਸਰ ਜਿਮ ਜਾਈਦਾ ਹਾਂ ਬਸ ਇਹੀ ਆ ਜੀ ਚਲੋ ਗੀਤ ਆਉਂਦਾ ਗਾ ਲਵਾਂਗੇ ਸੁਣਾਓ ਸੁਣਾਓ ਫਿਰ ਓ ਯਾਰਾ ਨਸ਼ਿਆਂ ਤੋਂ ਬਚ ਚੰਗੀ ਹੁੰਦੀ ਨਹੀਂ ਉਹ ਅੱਤ ਤਾਂ ਤਾਂ ਸਿਆਣੇ ਬੰਦੇ ਆਖ ਗਏ ਨੇ ਸੱਚ ਓ ਯਾਰਾ ਨਸ਼ਿਆਂ ਤੋਂ ਬਚ ਚੰਗੀ ਹੁੰਦੀ ਨਹੀਂ ਉਹ ਅੱਤ ਤਾਂ ਤਾਂ ਸਿਆਣੇ ਬੰਦੇ ਆਖ ਗਏ ਨੇ ਸੱਚ ਵੱਡੀ ਛਾਤੀ ਵਾਲਾ ਹੁੰਦਾ ਸਾਰਿਆਂ ਦਾ ਭਾਜੀ ਵੱਡੇ ਡੋਲੇ ਵਾਲਾ ਹੁੰਦਾ ਸਾਰਿਆਂ ਦਾ ਭਾਜੀ ਇਹੋ ਜੱਗ ਜਾਣਦਾ ਪਰ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਜਿਮ ਵਿੱਚ ਸਾਡੇ ਨਾਲ ਡੰਡ ਮਾਰ ਲਾ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਜਿਮ ਵਿੱਚ ਸਾਡੇ ਨਾਲ ਡੰਡ ਮਾਰ ਲਾ ਜੇ ਕੋਈ ਚੰਗਾ ਕੰਮ ਕਰੂ ਮਾਪਿਆਂ ਦਾ ਨਾਮ ਬਣੂ ਬਾਪੂ ਬੁੱਢਾ ਵੀ ਤਾਂ ਸਾਰਿਆਂ 'ਚ ਇੱਕ ਤਾਣ ਖੜੂ ਉਹ ਹੋਵੇ ਚੰਗੀ ਜੇ ਕਿਸੇ ਦੀ ਔਲਾਦ ਤੇ ਮਾੜਾ ਜੱਗ ਨਹੀਂ ਸਹਾਰਦਾ ਉੱਪਰਾਂ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਜਿਮ ਵਿੱਚ ਸਾਡੇ ਨਾਲ ਡੰਡ ਮਾਰ ਲਾ ਸੁੱਟ ਕੇ ਗਲਾਸੀ ਦੂਰ ਕਰਕੇ ਉਦਾਸੀ ਆ ਜਾ ਜਿਮ ਵਿੱਚ ਸਾਡੇ ਨਾਲ ਡੰਡ ਮਾਰ ਲਾ ਚਲੋ ਜੀ ਗੱਲਾਂ ਬਾਤਾਂ ਪੂਰਾ ਸਨ ਕੀਤਾ ਜੀ ਗਾਣੇ ਸੁਣੇ ਤੇ ਹੁਣ ਵੇਲਾ ਹੋ ਚੁੱਕਿਆ ਜੀ ਤੁਹਾਨੂੰ ਭੰਗੜਾ ਦਿਖਾਉਣ ਦਾ ਸੋ ਦੇਖਦੇ ਹਾਂ ਜੀ ਮੁੰਡਿਆਂ ਦਾ ਭੰਗੜਾ ਚੱਟੇ ਨੱਚਦੇ ਲੱਗਦੇ ਨੇ ਕਲਹਿਰੀ ਮੋਰ ਮਿਰਗ ਦੀ ਤੋਰ ਬੋਲੀਆਂ ਪਾਉਂਦੇ ਮੇਲੇ ਵਿੱਚ ਠਾਉਂਦੇ ਪੈਂਦੀਆਂ ਝੁੰਮਰਾਂ ਮਾਹੀ
ਕਦੇ ਅੱਖੀ ਨਾਲੀ ਅੱਖੀ ਤਾਂ ਮਿਲਾਇਆ ਕਰੋ ਜੀ ਕਦੇ ਅੱਖੀ ਨਾਲੀ ਅੱਖੀ ਤਾਂ ਮਿਲਾਇਆ ਕਰੋ ਕਿੰਨੇ ਸੋਹਣੇ ਲੱਗਦੇ ਨੇ ਗੱਭਰੂ ਪੰਜਾਬੀ ਕਿੰਨੇ ਸੋਹਣੇ ਲੱਗਦੇ ਨੇ ਗੱਭਰੂ ਪੰਜਾਬੀ ਹੱਥ ਵੈਰੀਆਂ ਨੂੰ ਪਲਾ ਚ ਦਿਖਾ ਦੇਣਗੇ ਵੈਰੀਆਂ ਨੂੰ ਪਲਾ ਚ ਦਿਖਾ ਦੇਣਗੇ ਪਿੰਡ ਸਾਹ ਚੜ੍ਹ ਗਿਆ ਭੰਗੜਾ ਪਾ ਕੇ ਸੋ ਬਹੁਤ ਸਵਾਦ ਆਇਆ ਜੀ ਅਗਲੇ ਹਫਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਰਮਨੀਤ ਵੱਲੋਂ ਬਾਏ ਬਾਏ ਜੀ ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ ਥੈਂਕ ਯੂ ਸੋ ਮੱਚ